ਬੈਂਕ ਦੇ ਵਿੱਚੋਂ ਫੋਨ ਆਇਆ ਜੀ। ਉਹਨਾਂ ਨੇ ਪੁੱਛਿਆ ਸਾਥੋਂ ਵੀ ਤੁਹਾਡੇ ਬੈਂਕ ਦੇ ਖਾਤੇ ਦੇ ਵਿੱਚੋਂ ਪੇਮੈਂਟ 10,000 ਰੁਪਏ ਲੱਗ ਰਹੇ, ਕੀ ਆਪ ਯੂਜ ਕਰ ਰਹੇ ਹੋ? ਮੈਂ ਕਿਹਾ ਨਹੀਂ ਜੀ। ਠੀਕ ਹੈ, ਉਹ ਕਹਿੰਦੇ ਵੀ ਆਪਕਾ ਕਾਰਡ ਬਲੌਕ ਕਰ ਦਿਓ। ਮੈਂ ਕਿਹਾ ਜੀ ਕਰ ਦਿਓ। ਲਿਮਟ ਦੇ ਖਾਤੇ ਦੇ ਵਿੱਚੋਂ 2,00,000 ਰੁਪਇਆ ਗਾਇਬ ਹੋਇਆ ਜੀ 12 ਤਰੀਕ ਰਾਤ। ਉਦੋਂ ਬਾਅਦ ਅਸੀਂ ਮੋਬਾਈਲ ਚੈੱਕ ਕੀਤਾ ਅਤੇ ਉਹਦੇ ਵਿੱਚੋਂ 10,000 ਦੀਆਂ 19 ਐਂਟਰੀਆਂ, ਇੱਕ 4,000 ਦੀ, ਇੱਕ 6,000 ਦੀ ਨਿਕਲ ਚੁੱਕੀ ਸੀ। ਭੋਲਾ ਰਾਮ ਪੁੱਤਰ ਜਗਨਨਾਥ ਵਾਸੀ ਸੂਹੜ ਦੇ SBI ਬੈਂਕ ਦੇ ਖਾਤੇ ਵਿੱਚੋਂ 2,00,000 ਰੁਪਏ ਮਿਤੀ 12-13 ਦੀ ਦਰਮਿਆਨੀ ਰਾਤ ਨੂੰ ਨਿਕਲੇ ਹਨ। ਮਾਨਸਾ ਤੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ 30 ਮਿੰਟਾਂ ਦੇ ਅੰਦਰ 2,00,000 ਦੀ ਰਾਸ਼ੀ ਕਢਵਾ ਲਈ ਗਈ। ਜਾਣਕਾਰੀ ਅਨੁਸਾਰ ਇਹਨਾਂ ਠੱਗਾਂ ਨੇ ਭੋਲਾ ਰਾਮ ਨਾਂ ਦੇ ਵਿਅਕਤੀ ਦੇ ਅਕਾਊਂਟ ਵਿੱਚ 21 ਐਂਟਰੀਆਂ ਪਾ ਕੇ 2,00,000 ਰੁਪਏ ਠੱਗ ਲਏ ਗਏ। ਜਾਣਕਾਰੀ ਦਿੰਦਿਆਂ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਹਨਾਂ ਨੂੰ SBI ਬੈਂਕ ਤੋਂ ਫੋਨ ਆਇਆ ਸੀ ਕਿ ਉਹਨਾਂ ਦੇ ਅਕਾਊਂਟ ਵਿੱਚੋਂ ਪੈਸੇ ਨਿਕਲ ਰਹੇ ਹਨ, ਜਿਸ ਤੋਂ ਬਾਅਦ ਉਹਨਾਂ ਵੱਲੋਂ ਬੈਂਕ ਵਾਲਿਆਂ ਦੇ ਕਹਿਣ ਉੱਤੇ ਆਪਣਾ ATM ਕਾਰਡ ਬਲੌਕ ਕਰਵਾ ਦਿੱਤਾ ਗਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SBI ਦੇ ਵਿੱਚ ਜਗਨਨਾਥ ਭੋਲਾ ਰਾਮ ਫਾਰਮ ਦਾ ਖਾਤਾ ਜੀ, ਜਿਹਦੇ ਵਿੱਚੋਂ ਲਿਮਟ ਦੇ ਖਾਤੇ ਦੇ ਵਿੱਚੋਂ 2,00,000 ਰੁਪਇਆ ਗਾਇਬ ਹੋ ਗਿਆ ਜੀ 12 ਤਰੀਕ ਰਾਤ 12:45 ਤੋਂ ਲੈ ਕੇ 12:15 ਤੱਕ ਜੀ। ਜਦੋਂ ਸਾਨੂੰ ਪਤਾ ਲੱਗਿਆ, ਬੈਂਕ ਦੇ ਵਿੱਚੋਂ ਫੋਨ ਆਇਆ ਜੀ, ਜਿਹੜੇ ਨੰਬਰ ਤੋਂ ਆਇਆ ਉਹ ਅਸੀਂ ਨਾਲ ਲਾਤਾ ਜੀ ਬੈਂਕ ਦੇ ਵਿੱਚ। ਠੀਕ ਹੈ, ਉਹਨਾਂ ਨੇ ਪੁੱਛਿਆ ਸਾਥੋਂ ਵੀ ਤੁਹਾਡੇ ਬੈਂਕ ਦੇ ਖਾਤੇ ਦੇ ਵਿੱਚੋਂ ਪੇਮੈਂਟ 10,000 ਰੁਪਏ ਲੱਗ ਰਹੇ, ਕੀ ਆਪ ਯੂਜ ਕਰ ਰਹੇ ਹੋ? ਮੈਂ ਕਿਹਾ ਨਹੀਂ ਜੀ। ਠੀਕ ਹੈ, ਉਹ ਕਹਿੰਦੇ ਵੀ ਆਪਕਾ ਕਾਰਡ ਬਲੌਕ ਕਰ ਦਿਓ। ਮੈਂ ਕਿਹਾ ਜੀ ਕਰ ਦਿਓ। ਉਦੋਂ ਬਾਅਦ ਅਸੀਂ ਮੋਬਾਈਲ ਚੈੱਕ ਕੀਤਾ ਅਤੇ ਉਹਦੇ ਵਿੱਚੋਂ 10,000 ਦੀਆਂ 19 ਐਂਟਰੀਆਂ, ਇੱਕ 4,000 ਦੀ, ਇੱਕ 6,000 ਦੀ ਨਿਕਲ ਚੁੱਕੀ ਸੀ। ਪੁਲਿਸ ਦੇ ਵਿੱਚ FIR ਦਰਜ ਹੋ ਗਈ ਜੀ। ਠੀਕ ਹੈ, ਜਿਹੜੇ ਕੋਈ ਬੈਂਕ ਦੇ ਕੋਈ ਕਾਗਜ਼ ਪੱਤਰ ਮੰਗੇ ਉਹ ਵੀ ਦੇ ਚੁੱਕੇ ਜੀ। ਭੋਲਾ ਰਾਮ ਪੁੱਤਰ ਜਗਨਨਾਥ ਵਾਸੀ ਸੂਹੜ ਦੇ SBI ਬੈਂਕ ਦੇ ਖਾਤੇ ਵਿੱਚੋਂ 2,00,000 ਰੁਪਏ ਮਿਤੀ 12-13 ਦੀ ਦਰਮਿਆਨੀ ਰਾਤ ਨੂੰ ਨਿਕਲੇ ਹਨ, ਜਿਸ ਸੰਬੰਧੀ ਪੜਤਾਲ ਚੱਲ ਰਹੀ ਹੈ। ਜੋ ਇਹ ਰੁਪਏ ਵੱਖ ਵੱਖ ਥਾਂ ਤੋਂ ਨਿਕਲੇ ਹਨ ਦਿੱਲੀ ਹਰ ਸ਼ਹਿਰ 'ਤੇ ਜੀ, ਅਤੇ ਇਸ ਸੰਬੰਧੀ ਬੂਹੇ ਦੀ ਪੜਤਾਲ ਕਰਕੇ ਜੈਸੀ ਕਾਰਵਾਈ ਵੈਸੇ ਅਮਲ ਵਿੱਚ ਲਿਆਂਦੀ ਜਾਊਗੀ। ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।